ਗਿਆਨ ਵੀਰੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਦੇਖ ਸਕਦੇ ਹੋ ਸਾਡੇ ਸੰਗਰੂਰ ਤੋਂ ਵਿਧਾਇਕ ਬੀਬਾ ਨਰਿੰਦਰ ਕੌਰ ਪਰਾਜ ਖੁਦ ਟਰੈਕਟਰ 'ਤੇ ਸਵਾਰ ਹੋ ਕੇ ਝੋਨੇ ਦੀ ਸਿੱਧੀ ਬਿਜਾਈ ਨੂੰ ਹਰੀ ਝੰਡੀ ਦੇ ਰਹੇ ਨੇ। ਇਹ ਵਿਧੀ ਬਹੁਤ ਹੀ ਲਾਹੇਮੰਦ ਹੈ। ਟਰੈਕਟਰ ਦੇ ਪਿੱਛੇ ਪਾਈ ਹੋਈ ਹੈ ਮਸ਼ੀਨ 8 ਕਿਲੋ ਪ੍ਰਤੀ ਏਕੜ ਦਾ ਕੇਰਾ ਕਰ ਰਹੀ ਹੈ। ਜਦੋਂ ਇਹ ਮਸ਼ੀਨ ਲਾਈਨਾਂ ਦੇ ਵਿੱਚ ਬੀਜ ਦਾ ਕੇਰਾ ਕਰਦੀ ਹੈ ਤਾਂ ਉਸ ਦੇ ਵਿੱਚੋਂ ਹਵਾ ਵੀ ਕ੍ਰੋਸ ਹੁੰਦੀ ਹੈ ਅਤੇ ਸੂਰਜ ਦੀ ਰੌਸ਼ਨੀ ਪੂਰੀ ਸਹੀ ਮਾਤਰਾ ਦੇ ਵਿੱਚ ਬੂਟੇ ਨੂੰ ਮਿਲਦੀ ਹੈ, ਜਿਹਦੇ ਨਾਲ ਬੂਟੇ ਨੂੰ ਬਿਮਾਰੀ ਵੀ ਘੱਟ ਲੱਗਦੀ ਹੈ ਅਤੇ ਬੂਟਾ ਸਿਹਤਮੰਦ ਰਹਿੰਦਾ ਹੈ। ਕਿਸਾਨ ਵੀਰੋ, ਝੋਨੇ ਦੀ ਸਿੱਧੀ ਬਿਜਾਈ ਕਰਕੇ ਅਸੀਂ ਆਪਣਾ ਝੋਨੇ ਦੀ ਲੇਬਰ ਦਾ ਖਰਚਾ ਬਚਾ ਲੈਂਦੇ ਹਾਂ, ਕੱਦੂ ਕਰਨ ਦਾ ਖਰਚਾ ਬਚਾ ਲੈਂਦੇ ਹਾਂ ਅਤੇ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਅਸੀਂ ਆਪਣਾ ਪਾਣੀ ਬਚਾ ਲੈਂਦੇ ਹਾਂ। ਇਸ ਵਿਧੀ ਦੇ ਨਾਲ ਝੋਨਾ ਲਾ ਕੇ ਅਸੀਂ ਆਪਣੇ ਤਿੰਨੋਂ ਸਰੋਤ ਹਵਾ, ਧਰਤੀ ਅਤੇ ਪਾਣੀ ਉਹਨਾਂ ਦੀ ਵੀ ਰਾਖੀ ਕਰ ਲੈਂਦੇ ਹਾਂ। ਆਓ ਵੱਧ ਚੜ੍ਹ ਕੇ ਇਸ ਮੁਹਿੰਮ 'ਚ ਹਿੱਸਾ ਲਈਏ ਅਤੇ ਝੋਨੇ ਦੀ ਸਿੱਧੀ ਬਿਜਾਈ ਕਰੀਏ। ਔਰ 5 ਦਰਿਆਵਾਂ ਦੀ ਧਰਤੀ ਦੇ ਉੱਤੇ ਪਾਣੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਸਾਡੇ ਲਈ ਸੰਕਟ ਹੈ। ਔਰ ਇਸ ਵਾਰ ਪੰਜਾਬ ਸਰਕਾਰ ਦਾ ਸਾਡੇ ਸੀਐਮ ਸਾਹਿਬ ਜਿਨ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਕਿ ਸਿੱਧੀ ਬਿਜਾਈ ਨੂੰ ਲੈ ਕੇ, ਚਾਹੇ ਉਹਨਾਂ ਨੇ ਜਿਹੜੀ 1500 ਰੁਪਏ ਪਰ ਏਕੜ ਦਾ ਜਿਹੜਾ ਮੁਆਵਜ਼ੇ ਦੀ ਜਿਹੜੀ ਐਲਾਨ ਕੀਤਾ, ਔਰ ਪਹਿਲੀ ਵਾਰ ਹੋਇਆ ਕਿ ਦੂਸਰੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਹੁਣ ਤੱਕ ਜਿਹੜਾ ਝੋਨੇ ਦੇ ਉੱਤੇ ਔਰ ਜਿਹੜਾ ਕਣਕ ਦੇ ਉੱਤੇ MSP ਮਿਲਦਾ ਸੀ, ਸੋ ਇਹਦੇ ਬਦਲਾਵ ਦੇ ਲਈ ਜਿਹੜਾ ਮੂੰਗੀ ਦੀ ਜਿਹੜੀ ਤੀਜੀ ਫਸਲ ਦੇ ਉੱਤੇ ਜਿਹੜਾ MSP ਜਿਹੜਾ ਪੰਜਾਬ ਸਰਕਾਰ ਜਿਹੜੀ ਦੇਣ ਜਾ ਰਹੀ ਹੈ। ਸੋ ਸਿੱਧੀ ਬਿਜਾਈ ਨੂੰ ਲੈ ਕੇ ਅੱਜ ਮੇਰੇ ਨਗਰ ਦੇ ਵਿੱਚ ਜਿਹੜਾ ਸਾਰੇ ਅਧਿਕਾਰੀ ਨੇ, ਜਿਹੜੇ ਖੇਤੀਬਾੜੀ ਵਿਭਾਗ ਤੋਂ ਸਾਰੇ ਜਿਹੜੇ ਪਹੁੰਚੇ ਹੋਏ ਨੇ, ਸੋ ਉਹਨਾਂ ਦੀ ਜਿਹੜੀ ਮੌਜੂਦਗੀ ਦੇ ਵਿੱਚ, ਹਾਜ਼ਰੀ ਦੇ ਵਿੱਚ ਅੱਜ ਸਾਰੇ ਜਿਹੜੇ ਕਿਸਾਨਾਂ ਦੇ ਨਾਲ ਜਿਹੜਾ ਟ੍ਰਾਇਲ ਜਿਹੜਾ ਸ਼ੁਰੂ।